ਹਾਂ ਜੇ ਇਦਾਂ ਨਹੀਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟ ਵਰਡ ਹੈ ਜਿਹੜਾ ਉਹ ਆਂਦਾ ਹੋਵੇ ਤੇ ਉਹ ਫਿਲਮਾਂ ਲਗੀਆਂ ਜਿਹੜੀਆਂ ਉਹ ਪੁਰਾਣੀ ਹੋਣੀਆਂ ਚਾਹੀਦੀਆਂ ਨੇ ਨਵੀਂ ਕੋਈ ਫਿਲਮ ਕਾਊਂਟ ਨਹੀਂ ਹੋਊਗੀ ਇੱਕ ਮਿੰਟ ਇੱਕ ਮਿੰਟ ਨੇ ਹਾਂਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪੰਜ ਫਿਲਮਾਂ ਦੇ ਨਾਮ ਦੱਸਣੇ ਨੇ ਜਿਸ ਫਿਲਮਾਂ ਦੇ ਨਾਮ ਦੇ ਵਿਚਕਾਰ ਮਤਲਬ ਉਸ ਨਾਮ ਦੇ ਵਿਚਕਾਰ ਜੱਟ ਸ਼ਬਦ ਆਉਣਾ ਚਾਹੀਦਾ ਔਰ ਉਹ ਫਿਲਮਾਂ ਪੁਰਾਣੀ ਹੋਣ ਚਾਹੀਦੀਆਂ ਨੇ ਨਮੀਆਂ ਨਹੀਂ ਮਤਲਬ ਕਿੰਨੇ ਕੁ ਪੁਰਾਣੀ 2000 ਸਾਲ 2000 ਸਾਲ ਪੁਰਾਣੀ ਇਹਨੇ 2000 ਸਾਲ ਡਰਾਇ ਦਿੱਤਾ ਸੀਗਾ ਨਾ ਯਾਰ ਸਨ ਐ ਬੋਲੇ ਨਾ ਨੇਹਾ ਨੇ ਟਰਾਈ ਦਿੱਤਾ ਕਿ 2000 ਸਾਲ ਪੁਰਾਣੀ ਮੈਂ ਉਹਦਾ ਤਾਂ ਕੈਮਰਾ ਵੀ ਨਹੀਂ ਸੀਗਾ ਜਲਦੀ ਜਲਦੀ ਚ ਬੋਲੇ ਜਾਂਦਾ ਫਲੋ ਫਲੋ ਸੇ ਨਿਕਲ ਜਾਂਦਾ ਹੈ ਖੈਰ ਮਤਲਬ ਸਨ 2000 ਤੋਂ ਪੁਰਾਣੀਆਂ ਫਿਲਮਾਂ ਜਿਹੜੀਆਂ ਨੇ ਉਹ ਦੱਸਨੇ ਨੇ ਪੰਜ ਫਿਲਮਾਂ ਦੱਸਨੇ ਆ ਜਿਵੇਂ ਤੇ ਜੱਟ ਸ਼ਬਦ ਆਂਦਾ ਹੈ ਜਿਹਨਾਂ ਵਿੱਚ ਜੱਟ ਵਰਡ ਜਿਹੜਾ ਉਹ ਆਂਦਾ ਹੋਵੇ ਇੱਕ ਤਾਂ ਮੈਨੂੰ ਬੜੀ ਵਧੀਆ ਤਰੀਕੇ ਨਾਲ ਯਾਦ ਹੈ ਕੁਰਬਾਨੀ ਜੱਟ ਦੀ ਹਾਂਜੀ ਠੀਕ ਹੈ ਦੂਸਰੀ ਜੱਟ ਜੋਣਾ ਮੋੜ ਹਾਂਜੀ ਆ ਦੋ ਤਾਂ ਯਾਦ ਹੈ ਬਾਕੀ ਯਾਦ ਕਰ ਲੈਣੇ ਆ ਇੰਨਾ ਟਾਈਮ ਨਹੀਂ ਕਿਉਂ ਨਹੀਂ ਹੈਗਾ ਟਾਈਮ ਤੇ ਲੱਗਦਾ ਪੰਜ ਨਾਮ ਲਿਖਣੇ ਨੇ ਭਾਈ ਦਿਓ ਜੀ ਕਮੈਂਟ ਰਾਈ ਤੁਸੀਂ ਵੀ ਜਵਾਬ ਦਿਓ ਸਾਥ ਦਿਓ ਮੇਰਾ ਤੇ ਤੁਸੀਂ ਕਿਹੜੀ ਕਿਹੜੀ ਪੰਜਾਬੀ ਪੁਰਾਣੀ ਫਿਲਮਾਂ ਦੇਖੇ ਸਨ 2000 ਤੋਂ ਪੁਰਾਣੀਆਂ ਤੁਹਾਡੀ ਫੇਵਰਿਟ ਫਿਲਮ ਕਿਹੜੀ ਕਿਹੜੀ ਹੈ ਤੁਹਾਡੀ ਉਹ ਵੀ ਦੱਸ ਕੇ ਹਾਂ ਬਈ ਕੁਰਬਾਨੀ ਜੱਟ ਦੀ ਫਿਲਮ ਬੜੀ ਵੇਖ ਬਹੁਤ ਵਧੀਆ ਸੀ ਉਹਦੇ ਵਿੱਚ ਮਤਲਬ ਸਟਾਰ ਕਾਸਟ ਹੀ ਬਹੁਤ ਸੀਗੀ ਧਰਮਿੰਦਰ ਵੀ ਸੀਗਾ ਉਹਦੇ ਵਿੱਚ ਵਿਰਿੰਦਰ ਵੀ ਸੀਗਾ ਉਹਦੇ ਵਿੱਚ ਰਾਜ ਬੱਬਰ ਵੀ ਸੀ ਗੱਗੂ ਗਿਲ ਵੀ ਸੀ ਤੇ ਜੋਗਰਾਸੀਖ ਵੀ ਸੀ ਬਹੁਤ ਘੱਟ ਫਿਲਮਾਂ ਐਦਾਂ ਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਇੰਨੇ ਐਕਟਰ ਇੰਨੇ ਸਾਰੇ ਸਟਾਰ ਕਾਸਟ ਉਹ ਕੁਰਬਾਨੀ ਜੱਟ ਦੀ ਗੱਲਾਂ ਨਾ ਖਮਾਓ ਵਾਪਸ ਆਓ ਤਿੰਨ ਫਿਲਮਾਂ ਹੋਰ ਦੱਸੋ ਖੜ ਜਾ ਕੁਰਬਾਨੀ ਜੱਟ ਦੀ ਜੋਣਾ ਮੋੜ ਜੱਟ ਜੋਣਾ ਮੋੜ ਠੀਕ ਹੈ ਜੀ ਤੇ ਜੋਰ ਜੱਟ ਦਾ ਠੀਕ ਹੈ ਔਰ ਜੋਰ ਜੱਟ ਦਾ ਜੱਟ ਤੇ ਜ਼ਮੀਨ ਜੀ ਠੀਕ ਹੈ ਤੇ ਜੱਟ ਦਾ ਘੰਡਾਸਾ ਓਕੇ ਜੀ ਬਿਲਕੁਲ ਸਹੀ ਪੰਜ ਇਹ ਹੋ ਗਏ ਚਲੋ ਹੁਣ ਇਹਦੇ ਨਾਲ ਹੀ ਰਿਲੇਟਡ ਹੈ ਨਵੀਆਂ ਫਿਲਮਾਂ ਦੇ ਪੰਜ ਨਾਮ ਦੱਸੋ ਇੰਨੀ ਜਲਦੀ ਤਾਂੰਦੇ ਨਾ ਕੱਢਿਆ ਕਰੋ ਇਹ ੱਤਕਾ ਹੈ ਪੂਰਾ ੱਤਕਾ ਕੀਤਾ ਜਾ ਰਿਹਾ ਹੈ ਪ੍ਰਾਣੀਆਂ ਪੁੱਛ ਲਿਆ ਫਿਰ ਨਵੇਂ ਵਾਲੇ ਨੇ ਰੁੱਸਣਗੇ ਵੀ ਨਵੇਂ ਹੁਣ ਕਿਹੜੀ ਫਿਲਮਾਂ 'ਚ ਜੱਟ ਸ਼ਬਦ ਆਂਦਾ ਹੈ ਆਂਦਾ ਹੈ ਆਂਦਾ ਆਂਦਾ ਜੇ ਆਂਦਾ ਤਾਂ ਹੀ ਮੈਂ ਕੁਐਸਚਨ ਪੁੱਟਦਾ ਇੱਕ ਮਿੰਟ ਹੁਣ ਯਾਨੀ ਤੁਸੀਂ ਇਹ ਕਹਣਾ ਚਾਹੁੰਦੇ ਹੋ ਕਿ ਇਹ ਤਾਂ ਸੀਗੀ ਸਨ 2000 ਤੋਂ ਪੁਰਾਣੀ ਫਿਲਮਾਂ ਜਿਹੜੇ ਪਹਿਲੇ ਦੱਸੀਆਂ ਹੁਣ ਨਵੀਆਂ ਜਿਹੜੀ 2000 ਤੋਂ ਬਾਅਦ ਆਈਆਂ ਨੇ ਹਾਂਜੀ ਜੋ ਬਾਅਦ ਵਿੱਚ ਆਈਆਂ ਨੇ ਇੱਕ ਤਾਂ ਬੜੀ ਫੇਮਸ ਹੋ ਸੀ ਜੱਟ ਐਂਡ ਜੂਲੀਅਟ ਬਿਲਕੁਲ ਤਾਂ ਦੋ ਲੈ ਲੈਣਾ ਜੱਟ ਐਂਡ ਜੂਲੀਅਟ 1 ਜੱਟ ਐਂਡ ਜੂਲੀਅਟ 2 ਨਹੀਂ ਲੈਣੀ ਆ ਚਲੋ ਪਹਿਲੀ ਤਾਂ ਹੋ ਗਈ ਜੱਟ ਐਂਡ ਜੂਲੀਅਟ ਇੱਕ ਤਾਂ ਇਹ ਹੋ ਗਈ ਨਾ ਦੂਸ ਨਵੀਂ ਜੱਟ ਤੁਸੀਂ ਵੀ ਕਰੋ ਕਮੈਂਟ ਜੀ ਜਲਦੀ ਜਲਦੀ ਜੱਟ ਜੇਮਸ ਬੌਂਡ ਗਿੱਪੀ ਗਰੇਵਾਲ ਦੀ ਹਾਂਜੀ ਦੋ ਜੱਟ ਤੇ ਜ਼ਮੀਨ ਨੇ ਉਤਪ੍ਰਾਣੀ ਹੋ ਗਈ ਜੱਟ ਅੰਜੋਲੀਅਟ ਜੱਟ ਜੇਮਸ ਬੌਂਡ ਤੇ ਇੱਕ ਹੋਰ ਆਈ ਸੀ ਹੂੰ ਉਹ ਆਈ ਸੀ ਜੱਟ ਬਸ ਆਈਲੈਂਡਸ ਹੈ ਨਾ ਹੈ ਗਈ ਸੀ ਨਾ ਇੱਕ ਮਿੰਟ ਅ ਇੱਕ ਇਹ ਹੋ ਗਈਆਂ ਨੇ ਤਿੰਨ ਦੋ ਰਹਿ ਗਈਆਂ ਦੇਖ ਇੱਕ ਮੂਸੇ ਵਾਲੀ ਜੈਸੀ ਮੂਸਾ ਜੱਟ ਬਿਲਕੁਲ ਚਾਰ ਇੱਕ ਕ ਰਹਿ ਗਈ ਇੱਕ ਹੜ ਜਾ ਦਲਦੀ ਆਦੀ ਆਹੀ ਆਦੀ ਅਰੇ ਟੈਨ ਜੱਟ 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 ਨਾਇਨ ਘੜ ਜਾ ਸੋਚਣ ਤਾਂ ਦੇ 8 7 ਜੱਟੇ ਰਵੇ ਜੀ ਹਮ ਇੱਕ ਜੱਟਨ ਇੱਕ ਜੱਟਨ ਜੱਟਨ ਗੋਲ ਜੱਟਨ ਗੋਲਮਾਲ ਵੀ ਸੀ ਜੱਟਨ ਗੋਲਮਾਲ ਹੁਣ ਜਿਆਦਾ ਆ ਗਈ ਬਿਲਕੁਲ ਸਹੀ ਜਵਾਬ ਆਈ ਦੋਨੇ ਕੁਐਸਚਨਾਂ ਦਾ ਇਹਨਾਂ ਨੇ ਸਹੀ ਜਵਾਬ ਦਿੱਤਾ ਆਈ ਆਮ ਦਾ ਵਿਨਰ ਇੰਨੇ ਕੁਛ ਨਾ ਹੋਗੇ ਹੈਗੇ ਨਹੀਂ ਕੁਐਸਚਨ ਲਓ ਜੀ ਭਾਈ ਦਿਓ 7000 ਵੈਸੇ ਇੱਕ ਗੱਲ ਹੈ ਕੁਐਸਚਨ ਬੜੇ ਇੰਟਰਸਟਿੰਗ ਨੇ ਮੈਨੂੰ ਬੜਾ ਮਜ਼ਾ ਆ ਰਿਹਾ ਕਿ ਤੁਹਾਨੂੰ ਮਜ਼ਾ ਆ ਰਿਹਾ ਹੈ ਕਮੈਂਟ ਕਰਕੇ ਜਵਾਬ ਦਿਓ ਤੁਸੀਂ ਦੱਸੋ ਵੀ ਇੰਜੋਏ ਕਰ ਰਹੇ ਹੋਗੇ ਹਾਂ ਤੇ ਕਿੰਨਾ ਕੁ ਕਰ ਰਹੇ ਹੋਗੇ ਤੇ ਤੁਹਾਡੀ ਫੇਵਰਿਟ ਫਿਲਮ ਕਿਹੜੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ। ਨੇਹਾ ਜੀ ਅਗਲਾ ਸਵਾਲ। ਸੋ ਹੁਣ ਆਪਾਂ ਗੱਲ ਕੀਤੀ ਸੀ ਜੱਟ ਦੀ। ਯੈਸ। ਸੇ ਜਿੱਥੇ ਜੱਟ ਦੀ ਗੱਲ ਹੋਈ ਓਥੇ ਜੱਟੀ ਦੀ ਗੱਲ ਤਾਂ ਨਾਲ ਦੀ ਨਾਲੇ ਹੋ ਗਈ। ਉਸ ਗੜਬੜ ਲੱਗ ਰਹੀ ਮੈਨੂੰ। ਸੋ ਹੁਣ ਤੁਸੀਂ ਮੈਨੂੰ ਪੰਜ ਏਦਾਂ ਦੀਆਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟੀ ਵਰਡ ਆਂਦਾ ਹੋਵੇ। ਇਹ ਫਿਲਮਾਂ ਇਹ ਤੱਕ ਹੈ, ਇਹ ਪੂਰਾ ਤੱਕ ਹੈ। ਇਹ ਫਿਲਮਾਂ ਤੁਸੀਂ ਕੋਈ ਵੀ ਦੱਸ ਸਕਦੇ ਹੋ ਨਵੀਆਂ ਪੁਰਾਣੀਆਂ ਮਿਕਸ ਕਰਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ। ਜੱਟੀ ਨਾਮ ਤੋਂ ਕਿਹੜੀ ਫਿਲਮ ਹੈ? ਬਹੁਤ ਨੇ। ਬਦਲਾ ਜੱਟੀ ਦਾ ਓਕੇ ਇੱਕਾ ਬਦਲਾ ਜੱਟੀ ਦਾ ਹਾਂ ਇੱਕ ਮਿੰਟ ਹੋਰ ਲਲਕਾਰਾ ਜੱਟੀ ਦਾ ਠੀਕ ਹੈ 2 ਹੋ ਗਈਆਂ ਹਏ ਤਾਂ ਕਹਿੰਦੇ ਸੀ ਗਰੇਰ ਨੂੰ ਜੱਟੀ ਨਾਲ ਆ ਗਿਆ ਦਿਮਾਗ ਚ ਇੱਕ ਜੱਟੀ ਫਿਲਮ ਵੀ ਸੀ ਜੱਟੀ ਕੱਲੀ ਜੱਟੀ ਬਿਲਕੁਲ ਹੈਗੀ ਹੈ ਹਾਂਜੀ ਹੈਗੀ ਹੈ 3 ਕੱਟ ਜਾ ਅੱਗੇ 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 ਤੁਸੀਂ ਵੀ ਕਰੋ ਜਲਦੀ ਜਲਦੀ ਕਮੈਂਟ ਮੈਂ ਜੱਟੀ ਪੰਜਾਬ ਦੀ ਹਾਂਜੀ 4 ਮੈਂ ਦੇਤਾ ਜਵਾਬ 1 ਰਹਿ ਗਿਆ 1 ਖੜ ਜਾ ਮੈਂ ਜੱਟੀ ਪੰਜਾਬੀ ਲੜਕਾ ਜੱਟੀ ਦਾ ਬਦਲ ਜੱਟੀ ਦਾ ਜੱਟੀ ਔਰ ਹਮ 1 ਰਹਿ ਗਿਆ ਜਲਦੀ ਜੱਟੀ 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 ਖੜ ਜਾ ਸੋਚਣ ਦੇ ਅਸਾ 10 9 ਪਹਿਲੇ ਕਰ ਦਿੰਦੀ ਆ ਓਕੇ ਸਵਾਲ ਲੈ ਕੇ ਆਈਆਂ ਓਖਾ ਕੋਈ ਨਹੀਂ ਤੁਹਾਡੇ ਨਾਲ ਰਿਲੇਟਡ ਇਹ ਨੇਗੇ ਪੂਰਾ ਨਹੀਂ 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 ਪੂਰਾ ਇੰਜੋਏ ਹੋ ਹੋ ਇੰਜੋਏ ਨਹੀਂ ਮੈਡਮ ਇਹ ਓਕੇ ਸਵਾਲ ਨੇ ਤੁਹਾਡੇ ਮੈਂ ਇੱਕ ਤਾਂ ਐਂਟਰਟੇਨਮੈਂਟ ਕਰੋ ਇਹਨਾਂ ਦਾ ਕਹਿੰਦੇ ਨੇ ਮੈਨੂੰ ਫਿਲਮਾਂ ਦਾ ਪੁੱਛੋ ਫਿਲਮਾਂ ਦਾ ਪੁੱਛਾ ਅੱਜ ਪੁੱਛ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਮੈਂ ਜੱਟੀ ਪੰਜਾਬ ਦੀ ਹੂੰ ਜੱਟੀ ਫਿਲਮ ਵੀ ਹੈਗੀ ਐ ਇੱਕ ਹਾਂਜੀ ਆਈ ਥਿੰਕ ਜੱਟੀ ਫਿਲਮ ਜਿਹੜੀ ਉਹ ਪਾਕਿਸਤਾਨ ਦੀ ਸ਼ਾਇਦ ਬਾਈ ਕਨਫਰਮ ਨਹੀਂ ਹੈਗੀ ਹੂੰ ਇੱਕ ਰਹਿ ਗਿਆ ਕੀ ਹੋਰ ਫਿਲਮ ਸੀ ਜੱਟੀ 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 ਤਾਂ ਕਈ ਫਿਲਮਾਂ ਨੇ ਦੱਸੋ ਯਾਰ ਕਮੈਂਟ ਕਰਕੇ ਮੈਂ ਇੱਥੇ ਉਲਝ ਰਿਆਂ ਆਖਰੀ ਫਿਲਮ ਰਹਿ ਗਈ ਇੱਕ ਫਿਲਮ ਰਹਿ ਗਈ ਜਲਦੀ ਜਲਦੀ ਕਮੈਂਟ ਕਰੋ ਕਿਹੜੀ ਹੈਗੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਕੋਈ ਵੀ ਦੱਸ ਸਕਦਾ ਜੀ ਜੱਟ ਦਾ ਗੰਡਾਸਾ ਤੇ ਜੱਟੀ ਦਾ ਵੀ ਗੰਡਾਸਾ ਹੋਊਗਾ ਨਹੀਂ ਹੈਗਾ ਜੱਟੀ ਦਾ ਗੰਡਾਸਾ ਖੜ ਜਾ ਫਿਰ ਜੱਟੀ ਦੀ ਮਧਾਨੀ ਹਾਂ ਉਹੀ ਮਧਾਨੀ ਫਿਲਮ ਤਾਂ ਹੈਗੀ ਬਟ ਜੱਟੀ ਦੀ ਮਧਾਨੀ ਨਹੀਂ ਹੈਗੀ ਇਹ ਖੜ ਜਾ ਜੱਟੀ 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 ਮੁਕਾਬਲਾ ਜੱਟੀ ਦਾ ਸ਼ੁਕਰ ਆ ਇੰਨਾ ਦਿਮਾਗ ਤੇ ਜ਼ੋਰ ਪਾਇਆ ਮੈਂ ਤਾਂ ਡਰ ਸੀ ਕਿ ਤੂੰ ਇੰਜ ਨਾ ਖਿਲ ਜਾਣਾ ਮੇਰੇ ਬਿੱਤਰ ਦੀ ਫਿਲਮ ਸਹੀ ਆ ਸ਼ਾਇਦ ਬਿਲਕੁਲ ਸਹੀ ਆ ਠੀਕ ਹੈ ਪੱਕਾ ਅਰੇ ਕੀ ਬਾਤ ਆ ਛਾ ਗਿਆ ਮੰਗਲ ਸਿੰਘ ਜੀ ਮੁਕਾਬਲਾ ਜੱਟੀ ਦਾ ਸੋ ਮੈਂ ਆਪਣੇ ਸਾਹਮਣੇ ਕਮੈਂਟ ਜਿਹੜੇ ਜਵਾਬ ਦਿੱਤੇ ਨੇ ਤੇ ਤੁਸੀਂ ਆਪਣੇ ਸਾਹਮਣੇ ਜਵਾਬ ਦੇ ਸਕਦੇ ਹੋ ਕੋਈ ਫਿਲਮਾਂ ਤਾਂ ਬਹੁਤ ਹੋਣਗੇ ਜਿਹੜੇ ਮੈਨੂੰ ਪੰਜ ਆਂਸੀਵੇਂ ਦੱਸਤਾ ਮੈਂ ਨਾ ਟਾਪ ਕੁਐਸ਼ਨ ਲੈ ਕੇ ਆਇਆ ਤੁਸੀਂ ਬਹੁਤ ਜ਼ਿਆਦਾ ਥੈਂਕ ਯੂ ਸੋ ਮਚ ਮੇਰੇ ਵਾਲਾ ਤਾਂ ਇੱਕ ਲਾਈਕ ਬਣਦਾ ਤੁਸੀਂ ਵੀ ਕਰੋ ਯਾਰ ਲਾਈਕ ਬੜੇ ਅਜਨੇਹਾ ਜੀ ਨੇ ਟਫ ਦੇ ਕੁਐਸਚਨ ਲੈ ਕੇ ਆਏ ਹੈ ਟਫ ਹੈ ਬਹੁਤ ਕੋਲ ਓਕੇ ਲੈ ਕੇ ਆਏ ਲੱਗ ਗਿਆ ਸੀ ਇਹ ਅਜੇ ਤਿੰਨ ਕੁਐਸਚਨ ਨਹੀਂ ਤਿੰਨ ਹੋਏ ਨਾ ਹਾਂਜੀ ਬੁਰਾ ਹਾਲ ਕਰਤਾ ਅੱਗੇ ਵੱਧ ਲੈ ਕੇ ਮਜ਼ਾ ਬੜਾ ਆਇਆ ਸਰ ਮੈਨੂੰ ਇਹ ਕੁਐਸਚਨ ਵਧੀਆ ਲੱਗਦੇ ਨੇ ਹੁਣ ਅੱਗੇ ਵੱਧਦੇ ਹਾਂ ਹਾਂ ਵੱਧਦੇ ਹਾਂ ਜੇ ਅਗਲੇ ਸਵਾਲ ਬੰਨੇ ਹਾਂ ਜੀ ਆਂਦੋ ਸੋ ਅਗਲਾ ਸਵਾਲ ਆਪਣਾ ਥੋੜਾ ਜਿਹਾ ਹੋਰ ਇੰਟਰਸਟਿੰਗ ਆਗਾ ਮਤਲਬ ਕਿ ਥੋੜਾ ਜਿਹਾ ਹੋਰ ਡਿਫਿਕਲਟੀ ਹੈ ਸਿੱਧੀ ਜਿਹੀ ਗੱਲ ਹੈ ਹਾਂਜੀ ਇੰਟਰਸਟਿੰਗ ਆ ਕਿਉਂਕਿ ਆਪਾਂ ਹੁਣ ਗੱਲ ਕਰਾਂਗੇ ਆਪਣੇ ਵੱਡੇ ਐਕਟਰਸ ਦੀ ਤੇ ਪੁਰਾਣੇ ਵੀ ਨੇਗੇ ਉਹ ਗੱਗੂ ਗਿੱਲ ਜੀ ਤੇ ਜੋਗਰਾਜ ਬੱਬੂ ਬੱਬੂ ਨਹੀਂ ਗੱਗੂ ਗਿੱਲ ਜੀ ਸੌਰੀ ਸੌਰੀ ਭਾਈ ਗੱਗੂ ਗਿੱਲ ਜੀ ਤੇ ਜੋਗਰਾਜ ਸਿੰਘ ਜੀ ਹੈ ਕੀ ਬਾਤ ਹੈ ਜੀ ਆਪਾਂ ਗੱਲ ਕਰਾਂਗੇ ਕੁਐਸਚਨ ਹੈਗਾ ਮੇਰਾ ਗੱਗੂ ਗਿੱਲ ਜੀ ਤੇ ਜੋਗਰਾਜ ਸਿੰਘ ਜੀ ਨੇ ਇਕੱਠੀਆਂ ਪੰਜ ਕਿਹੜੀਆਂ ਕਿੜੀਆਂ ਫਿਲਮਾਂ 'ਚ ਕੰਮ ਕੀਤਾ ਸੀ ਪੰਜ ਫਿਲਮਾਂ ਦੇ ਨਾਮ ਦੱਸਣੇ ਨੇ ਜਿਨ੍ਹਾਂ ਵਿੱਚ ਇਹਨਾਂ ਨੇ ਇਕੱਠੇ ਕੰਮ ਕੀਤਾਗਾ ਤੇ ਉਹ ਫਿਲਮ ਇਹਨਾਂ ਦੀ ਬਹੁਤ ਹਿੱਟ ਹੋਈ ਯਾਨੀ ਇੱਕ ਮਿੰਟ ਇੱਕ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੰਜ ਇਹੋ ਜਿਹੀ ਫਿਲਮਾਂ ਦੇ ਨਾਮ ਦੱਸੋ ਜਿਹਦੇ ਵਿੱਚ ਗੱਗੋ ਗਿਲਜੀ ਤੇ ਯੋਗਰਾਜ ਸਿੰਘ ਜੀ ਨੇ ਇਕੱਠੇ ਕੰਮ ਕੀਤਾ ਹੈ ਇਹਨੇ ਤਾਂ ਬਹੁਤ ਸਾਰੀ ਫਿਲਮਾਂ ਸੀਗੀਆਂ ਪਹਿਲੇ ਤਾਂ ਸਾਰੀਆਂ ਇਹਨਾਂ ਦੀ ਫਿਲਮਾਂ ਆਉਂਦੀਆਂ ਸੀ ਜ਼ਿਆਦਾਤਰ ਹੂੰ ਠੀਕ ਹੈ ਲੇਕਿਨ ਇਹਨੇ ਤਾਂ ਨਾਮ ਜਵਾਬ ਦਿਓ ਫਟਾਫਟ ਬਹੁਤ ਸਾਰੀਆਂ ਫਿਲਮਾਂ ਵਿੱਚੋਂ ਪੰਜ ਫਿਲਮਾਂ ਕੱਢ ਲਓ ਛੱਡ ਜੋ ਇੱਕ ਤਾਂ ਹੁਣੇ ਪਿੱਛੇ ਜਾ ਕੇ ਗਈ ਹੈ 25 ਕਿਲੇ ਸ਼ਾਇਦ ਹਾਂਜੀ 25 ਕਿਲੇ ਵਿੱਚ ਦੋਨੋਂ ਇਕੱਠੇ ਸੀਗੇ ਜੀ ਔਰ ਇੱਕ ਹੋਰ ਵੀ ਆਈ ਸੀ ਉਹਦੇ ਵਿੱਚ ਵੀ ਸੀ ਬਟ ਮੈਨੂੰ ਨਾਮ ਹੀ ਯਾਦ ਨਹੀਂ ਆ ਰ ਕਿਸੀ ਵੀ ਕਰੋ ਕਮੈਂਟਰੀ ਫਟਾਫਟ ਹੂੰ ਜੀਰਾ ਦੇ ਕੁਰਬਾਨ ਕੁਰਬਾਨੀ ਜੱਟ ਦੀ ਉਹ ਵੀ ਦੱਸੋ ਕੁਰਬਾਨੀ ਜੱਟ ਦੀ ਵਿੱਚ ਵੀ ਦੋਨੋਂ ਇਕੱਠੇ ਸੀ ਕੁਰਬਾਨੀ ਜੱਟ ਦੀ ਬਿਲਕੁਲ ਜੀ ਹੂੰ ਹੋਰ ਦੋ ਹੋਗੇ ਕੁਰਬਾਨੀ ਜੱਟ ਦੀ ਵਿੱਚ ਇਹ ਦੋ ਇਕੱਠੇ ਸੀ ਔਰ ਕਈ ਫਿਲਮਾਂ ਨੇ ਵੈਸੇ ਇਹ ਨਾ ਦਿਆਂ ਹੂੰ ਪਤਾ ਤਾਂ ਹੁਣ ਲੱਗਦਾ ਬੰਦਾ ਕਿੰਨੀਆਂ ਫਿਲਮਾਂ ਦੇਖਦਾ ਗੱਲਾ ਗੱਲਾ ਜਿਹਦਾ ਤਾਰਿਆਂ ਨੂੰ ਹੱਥ ਲਾ ਲਓ ਨਹੀਂ ਨਹੀਂ ਹਾਂਜੀ ਦੱਸੋ ਜੀ ਇਹਨਾਂ ਦੀ ਇੱਕ ਹੋਰ ਆਈ ਸੀ ਨਵੀਂ ਸਿਕੰਦਰ ਸਿਕੰਦ ਸਿਕੰਦਰਾ 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 ਦੇ ਵਿੱਚ ਵੀ ਦੋਨੋਂ ਇਕੱਠੇ ਸੀਗੇ ਠੀਕ ਹੈ ਜੀ ਤਿੰਨ ਹੋ ਗਈ ਟਾਈਮ ਸਟਾਰਟ ਹੋਣ ਵਾਲਾ ਪਰ ਟਾਈਮ ਸਟਾਰਟ ਰੁਕੇ ਜਾਏ ਸੋਚਣਾ ਪਏਗਾ ਫਿਲਮਾਂ ਬੜੀ ਪੁਰਾਣੀਆਂ ਐਨਾਂ ਦੀਆਂ ਮੈਂ ਹੁਣ ਨਾਮ ਵੀ ਲਿੱਤਾਈ ਸ਼ਾਇਦ ਫਿਲਮਾਂ ਦਾ ਇਹਨਾਂ ਦਾ ਨੰਮੀਆਂ ਪੁਰਾਣੀਆਂ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਬਟ ਕੁਰਬਾਨੀ ਚੜਦੀ ਤਾਂ ਮੈਂ ਬੋਲਦਾ ਨਾ ਬੋਲਦਾ ਹੈਂ ਹਾਂਜੀ ਪੱਕਾ ਹਾਂਜੀ ਕੁਰਬਾਨੀ ਚੜਦੀ ਮੈਂ ਬੋਲਦਾ ਇੱਕ ਤਾਂ ਕੁਰਬਾਨੀ ਚੜਦੀ ਹੋਗੀ ਇੱਕ 25 ਕਿਲੇ ਹੋਗੇ ਸਿਕੰਦਰਾ ਹੋਗੀ ਬਦਲਾ ਜੱਟੀ ਦਾ ਬਦਲਾ ਜੱਟੀ ਦਾ ਹੂੰ ਬਦਲਾ ਜੱਟੀ ਦਾ ਤੇ ਜੱਟ ਤੇ ਜ਼ਮੀਨ ਜੱਟ ਤੇ ਜ਼ਮੀਨ ਹਾਂ ਤੇ ਬਦਲਾ ਜੱਟੀ ਦਾ ਹਾਂ ਹੈਗਾ ਹਾਂਜੀ ਹੈਗਾ ਕਨਫਰਮ ਸਹੀ ਜਵਾਬ ਹੈ ਹਾਂ ਸ਼ੁਕਰ ਹੈ ਉਹ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮੈਂ ਸਹੀ ਜਵਾਬ ਦਿੱਤਾ ਹੈ ਜੀ ਬਦਲਾ ਜੱਟੀ ਦਾ ਜੱਟ ਤੇ ਜ਼ਮੀਨ ਕੁਰਬਾਨੀ ਜੱਟ ਦੀ 25 ਕਿਲੇ ਤੇ ਸਿਕੰਦਰਾ ਬਿਲਕੁਲ ਜਵਾਬ ਹੈਗਾ ਤੁਹਾਡਾ ਗਲਤ ਚਲੋ ਜੋ ਕਰਾ ਇਹਨਾ ਟਿੱਲਾ ਹੋ ਗਏ ਨੇ ਜੀ ਐਨੇ ਲੇਜੈਂਡ ਸਾਡੇ ਐਕਟਰ ਤੇ ਤੁਸੀਂ ਐ ਗੜ ਕਿਵੇਂ ਬਾਹਰ ਨਿਕਲ ਆ ਬੱਡੇ ਬਦਮਾਸ਼ਾ ਐ ਨਹੀਂ ਐ ਬੋਲ ਗੱਗੂ ਗਿਲਦੀ ਆਪਣਾ ਆਪਣਾ ਟੈਲੈਂਟ ਹੁੰਦਾ ਨਾ ਬਾਈ ਕੀ ਬਾਤ ਆ ਉਹਨਾਂ ਦੀ ਫਿਲਮਾਂ ਸਹੀ ਗੱਲ ਆ ਰ ਮਜ਼ਾ ਆਇਆ ਸੀ ਦੇਖ ਕੇ ਡਾਇਲੋਗ ਹੀ ਬਿਲਕੁਲ ਨਹੀਂ ਤੋ ਹੀ ਦੇਖਿਆ ਨਹੀਂ ਤੁਹਾਨੂੰ ਪਤਾ ਨਹੀਂ ਬੜਾ ਜਿਨ੍ਹਾਂ ਨੇ ਦੇਖਿਆ ਰ ਉਹਨਾਂ ਨੂੰ ਪਤਾ ਹੈ ਬਾਈ ਕਿਵੇਂ ਮਤਲਬ ਐ ਸਰੀਰ ਦੇ ਵਿੱਚ ਕੰਪਨੀ ਖਿਲ ਜਾਂਦੀ ਜੀ ਹਾਂ ਤੁਸੀਂ ਜ਼ਿਆਦਾ ਦੇਖਿਆ ਨੇ ਤਾਂ ਹੀ ਐ ਪੜਕ ਪੜਕ ਕੇ ਬਣ ਗਏ। ਬਈ ਕੌਣ ਕੌਣ ਹੈ ਗੱਗੂ ਗਿੱਲ ਤੇ ਯੋਗਰਾਜ ਸਿੰਘ ਦੇ ਇਕੱਠੀ ਫਿਲਮਾਂ ਦਾ ਫੈਨ ਕਮੈਂਟ ਕਰਕੇ ਜੁੜ ਦੱਸੋ ਬੜੀ ਵਧੀਆ ਫਿਲਮਾਂ ਹੁੰਦੀਆਂ ਜੀ ਇਹਨਾਂ ਦੀਆਂ। ਖੈਰ, ਮੈਂ ਅਜੇ ਹੋਰ ਕੋਈ ਸਵਾਲ ਹੈ ਜਾਂ ਖਤਮ? ਹਾਂਜੀ ਬੱਸ। ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਨਿਹਜ ਜੀ ਬਹੁਤ ਹੀ ਇੰਟਰਸਟਿੰਗ ਸਵਾਲ ਲੈ ਕੇ ਆਏ। ਨਿਹਜ ਜੀ ਲਈ ਇੱਕ ਲਾਈਕ ਤਾਂ ਬਣਦਾ ਹੀ ਤੇ ਮੇਰੇ ਲਈ ਵੀ ਲਾਈਕ ਬਣਦਾ ਕਿਉਂਕਿ ਸਾਰੇ ਸਵਾਲਾਂ ਦਾ ਮੈਂ ਸਹੀ ਜਵਾਬ ਦਿੰਦਾ ਹੈ ਨਾ। ਹੂੰ। ਠੀਕ ਹੈ। ਜਿਨ੍ਹਾਂ ਨੂੰ ਸਾਡੀ ਪੇਸ਼ਕਾਰੀ ਵਧੀਆ ਲੱਗੀ ਹੈ ਵੀਡੀਓ ਨੂੰ ਬਤਵਾ ਲਾਈਕ ਅਤੇ ਸ਼ ਫੇਵਰਿਟ ਫਿਲਮ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਇਹੋ ਜਿਹਾਂ ਹੋਰ ਕਿਹੜੀ ਵੀਡੀਓ ਸਾਨੂੰ ਲੈ ਕੇ ਆਉਣੇ ਚਾਹੀਦੀਆਂ ਨੇ ਹਾਂਜੀ ਤੁਸੀਂ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਈ ਵੀਰ ਭੈਣ ਇਹ ਵੀ ਕਹਿੰਦੇ ਨੇ ਕਿ ਤੁਸੀਂ ਕਲੀ ਬੁਝਾਰਤਾ ਪਾਉਣੇ ਸਵਾਲ ਜਵਾਬ ਕਰਦੇ ਹੋ ਤੁਸੀਂ ਸਿੱਖੀ ਨਾਲ ਰਿਲੇਟਡ ਜਾਂ ਧਾਰਮਿਕ ਵੀਰ ਲੈ ਕੇ ਆਓ ਸੋ ਉਹਨਾਂ ਦੀ ਜਾਣਕਾਰੀ ਲਈ ਦੱਸਦੀ ਕਿ 2000 ਤੋਂ ਵੱਧ ਵੀਡੀਓ ਅਸੀਂ ਧਾਰਮਿਕ ਪਾ ਚੁੱਕੇ ਹਾਂ ਹਾਂਜੀ ਬਿਲਕੁਕੁਲ ਇੱਕ ਦੋ ਨਹੀਂ 2000 ਤੋਂ ਵੱਧ ਵੀਡੀਓ ਧਾਰਮਿਕ ਸਾਡੀ ਪਈ ਹੋਈ ਹੈ ਤੁਸੀਂ ਸਾਡੇ ਚੈਨਲ ਕਮਿਊਨਿਟੀ ਸੋਰਸ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਨਾ ਜੀ ਸੋ ਅਸੀਂ ਸਾਰਾ ਇਹੀ ਕੰਮ ਕਰ ਰਹੇ ਆ ਭਾਈ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਨਹੀਂ ਵਧੀਆ ਲੱਗਦਾ ਕੋਈ ਕਮੀ ਪੇਸ਼ੀ ਲੱਗਦੀ ਹੈ ਕਮੈਂਟ ਰਾਹੀਂ ਸਾਡੇ ਧਿਆਨ ਚ ਲਿਆ ਸਕਦੇ ਹੋ ਅਸੀਂ ਸੁਧਾਰ ਕਰਾਂਗੇ ਸੋ ਸਾਰਿਆਂ ਦਾ ਦਿਲੋਂ ਧੰਨਵਾਦ ਮਿਲਾਂਗੇ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਸਾਡਾ ਹੌਸਲਾ ਵਧੇਗਾ ਬਾਏ ਥੈਂਕ ਯੂ